ਸਿੱਖਾਂ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ 'ਤੇ ਨਤਮਸਤਕ ਕੀਤਾ, ਉੱਥੇ ਹੀ ਮੇਲੇ ਵਿੱਚ ਕਈ ਪ੍ਰਕਾਰ ਦੇ ਰੰਗ ਦੇਖਣ ਨੂੰ ਮਿਲੇ। ਇਸ ਮੌਕੇ ਜਿੱਥੇ ਲੋਕਾਂ ਨੇ ਗੁਰੂ ਕਾ ਅਤੁੱਟ ਲੰਗਰ ਲਾ ਕੇ ਲੋਕਾਂ ਨੂੰ ਲੰਗਰ ਪਾਣੀ ਜਲ ਭੋਜਨ ਅਤੇ ਹਰ ਪ੍ਰਕਾਰ ਦਾ ਖਾਣਾ ਛਕਾਇਆ, ਉੱਥੇ ਹੀ ਮੈਡੀਕਲ ਪ੍ਰੈਕਟੀਸ਼ਨਰ ਨੇ ਇੱਕ 3 ਰੋਜ਼ਾ ਮੈਡੀਕਲ ਕੈਂਪ ਜ਼ਿਲ੍ਹਾ ਚੇਅਰਮੈਨ ਰਾਜਵੀਰ ਸਿੰਘ ਢਿੱਲੋਂ ਅਤੇ ਬਲਾਕ ਪ੍ਰਧਾਨ ਡਾਕਟਰ ਕੁਲਵੀਰ ਸਿੰਘ ਸਰਾਂ ਦੀ ਅਗਵਾਈ ਵਿੱਚ ਲਾਇਆ ਗਿਆ, ਜਿਸ ਦਾ ਉਦਘਾਟਨ ਤਲਵੰਡੀ ਸ਼ਹਿਰ ਦੇ ਉੱਘੇ ਸਮਾਜ ਸੇਵੀ ਵਿਜੇ ਕੁਮਾਰ ਨੇ ਕੀਤਾ। ਇਸ ਮੌਕੇ ਕੀ ਕਿਹਾ ਡਾਕਟਰਾਂ ਨੇ, ਸਮਾਜ ਸੇਵੀ ਆਗੂਆਂ ਨੇ ਅਤੇ ਜਿਨ੍ਹਾਂ ਨੇ ਦਵਾਈ ਲਈ, ਉਹ ਵੀ ਤੁਹਾਨੂੰ ਸੁਣਾਉਂਦੇ। ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਅੱਜ ਸਮੇਂ ਦੀ ਲੋੜ ਹੈ ਜੀ, ਇਹ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਵਾਸਤੇ, ਬਹੁਤ ਵਧੀਆ ਗੱਲ ਹੈ ਇਹ। ਮਤਲਬ ਲੋਕ ਆ ਰਹੇ ਹੈ, ਦਵਾਈਆਂ ਲੈ ਰਹੇ ਹੈ, ਫ੍ਰੀ ਸੇਵਾ ਚੱਲ ਰਹੀ ਹੈ, ਬਹੁਤ ਵਧੀਆ ਗੱਲ ਹੈ। ਲੋਕਾਂ ਨੂੰ ਮੈਸੇਜ ਹੈ, ਆਉਣ ਕੈਂਪ ਦੇ ਵਿੱਚ ਦਵਾਈਆਂ ਲੈਣ, ਆਪਣੇ ਇਲਾਜ ਕਰਾਉਣ। ਮੇਰਾ ਨਾਮ ਡਾਕਟਰ ਰਾਜਵੀਰ ਸਿੰਘ ਜੀ, ਮੈਂ ਜ਼ਿਲ੍ਹਾ ਚੇਅਰਮੈਨ ਹਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਵੱਲੋਂ। ਖਾਲਸਾ ਸਾਜਨਾ ਦਿਵਸ 'ਤੇ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਕੈਂਪ ਦੀ ਸ਼ੁਰੂਆਤ ਕੀਤੀ ਹੈ ਜੀ, ਜਿਨ੍ਹਾਂ ਦਾ ਉਦਘਾਟਨ ਸਾਡੇ ਤਲਵੰਡੀ ਸਾਬੋ ਦੇ ਮੋਹਤਵਾਰ ਸਮਾਜ ਸੇਵੀ ਬੰਦੇ ਬੀਜਾ ਸੇਠ ਜੀ, ਜੋ ਇਹਨਾਂ ਤੋਂ ਕਰਾਇਆ ਗਿਆ। ਸਾਡੇ ਬਹੁਤ ਸਮਾਜ ਸੇਵੀ ਬੰਦੇ ਅੱਗੇ ਅੱਗੇ ਕੰਮ ਕਰਦੇ ਆ ਤਲਵੰਡੀ ਸਾਬੋ ਦੀ ਨਗਰੀ ਵਾਸਤੇ ਚੰਗੇ ਕੰਮਾਂ ਲਈ, ਇਹਨਾਂ ਤੋਂ ਉਦਘਾਟਨ ਕਰਾਇਆ ਗਿਆ ਜੀ ਕੈਂਪ ਦਾ। ਅਤੇ ਸਾਰੇ ਸਾਥੀਆਂ ਨੂੰ ਮੈਂ ਵਧਾਈ ਦਿੰਦਾ ਜੀ, ਡਾਕਟਰ ਸਾਹਿਬਾਨਾਂ ਨੂੰ, ਜੋ ਵੀ ਤਲਵੰਡੀ ਸਾਬੋ ਦੂਰ ਦੁਰਾਡੇ ਤੋਂ ਸੰਗਤ ਪਹੁੰਚੀ ਹੈ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ ਜੀ, ਅਸੀਂ ਹਰ ਸਾਲ ਦੀ ਤਰ੍ਹਾਂ ਜੋ ਮੈਡੀਕਲ ਫ੍ਰੀ ਕੈਂਪ ਲਾਇਆ ਜੀ, ਇਹਦੀ ਸ਼ੁਰੂਆਤ ਕੀਤੀ ਹੈ। ਪਬਲਿਕ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਦੂਰ ਨੇੜੇ ਸੰਗਤ ਆਉਂਦੀ ਹੈ ਚੱਲ ਕੇ ਜੀ, ਦੇਖੋ ਗਰਮੀ ਦਾ ਮੌਸਮ ਹੈ ਜੀ, ਕੋਈ ਪ੍ਰੋਬਲਮ ਆਉਂਦੀ ਹੈ, ਕਿਸੇ ਨੂੰ ਬੁਖਾਰ ਸਿਰ ਦਰਦ ਕਰਦਾ, ਪੇਟ ਦੀ ਪ੍ਰੋਬਲਮ ਆਉਂਦੀ ਹੈ, ਅਸੀਂ ਮੁੱਢਲੀ ਸਹੂਲਤ ਲਈ ਇੱਥੇ ਮੈਡੀਕਲ ਕੈਂਪ ਲਾਇਆ। ਜੋ ਵੀ ਕਿਸੇ ਵੀਰ ਭਰਾ ਨੂੰ ਲੋੜ ਹੈ ਮੈਡੀਸਨ ਦੀ, 24 ਘੰਟੇ ਚੱਲੂਗਾ ਜੀ, ਇੱਥੇ 2 ਦਿਨ ਅਤੇ 2 ਰਾਤਾਂ ਮਤਲਬ ਸਾਡਾ ਕੈਂਪ ਚੱਲੂਗਾ, ਜਦੋਂ ਵੀ ਮਰਜ਼ੀ ਕੋਈ ਮੈਡੀਸਨ ਲੈ ਸਕਦਾ। ਸਰਕਾਰ ਤੋਂ ਕੋਈ ਮੰਗ ਕਰਨਾ ਚਾਹੁੰਦੇ? ਸਰਕਾਰ ਤੋਂ ਸਾਡੀ ਇਹੀ ਮੰਗ ਹੈ ਜੀ, ਸਾਡੇ ਸਾਥੀਆਂ ਨੇ ਕੋਵਿਡ ਵੇਲੇ ਵੀ ਅੱਗੇ ਹੋ ਕੇ ਕੰਮ ਕੀਤਾ ਜੀ, ਕੋਰੋਨਾ ਵੇਲੇ ਦੇਖੋ IMA ਡਾਕਟਰ ਵੀ ਕਲੀਨਿਕ ਬੰਦ ਕਰਕੇ ਚਲੇ ਗਏ ਸੀ, ਸਾਡੇ ਸਾਥੀਆਂ ਨੇ ਇਸ ਬਿਮਾਰੀ ਦਾ ਜੱਜ ਕੇ ਮਤਲਬ ਉਹ ਦਿੱਤਾ ਜੀ, ਸਾਥੀ ਨੂੰ ਸਹੂਲਤ ਦਿੱਤੀ ਹੈ ਪਿੰਡਾਂ ਦੇ ਵਿੱਚ 24 ਘੰਟੇ। ਅਸੀਂ ਸਰਕਾਰ ਤੋਂ ਇਹੀ ਮੰਗ ਹੈ ਵੀ ਸਾਨੂੰ ਕੋਈ ਪ੍ਰਮਾਣ ਪੱਤਰ ਵਗੈਰਾ ਦੇ ਕੇ, ਟ੍ਰੇਨਿੰਗ ਵਗੈਰਾ ਦੇ ਕੇ, ਹੋਰ ਵੀ ਵੈਸੇ ਤਾਂ ਸਾਨੂੰ 25-25 ਸਾਲ ਹੋ ਗਏ ਪ੍ਰੈਕਟਿਸ ਕਰਦਿਆਂ ਨੂੰ ਜੀ, ਫਿਰ ਵੀ ਸਰਕਾਰ ਦੇ ਨਾਲ ਸਹਿਮਤ ਹੈ ਵੀ ਸਾਨੂੰ ਕੋਈ ਪ੍ਰਮਾਣ ਪੱਤਰ ਦੇ ਕੇ ਸਾਨੂੰ ਪ੍ਰੈਕਟਿਸ ਕਰਨ ਦਾ ਪੂਰਾ ਖੁੱਲ੍ਹ ਕੇ ਅਧਿਕਾਰ ਦਿੱਤਾ ਜਾਵੇ। ਮੇਰਾ ਨਾਮ ਡਾਕਟਰ ਕੁਲਵੀਰ ਸਿੰਘ, ਪਿੰਡ ਤਰਖਾਣ ਵਾਲਾ। ਅੱਜ ਅਸੀਂ ਤਲਵੰਡੀ ਸਾਬੋ ਗੁਰੂ ਪਾਤਸ਼ਾਹੀ ਤਲਵੰਡੀ ਸਾਬੋ ਵਿਖੇ ਇੱਕ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ, ਜਿਹੜਾ 2 ਦਿਨ ਚੱਲੂਗਾ, 13 ਤੇ 14 ਅਪ੍ਰੈਲ ਨੂੰ। ਅਸੀਂ ਹਰ ਸਾਲ ਹੀ ਏਦਾਂ ਦੇ ਫ੍ਰੀ ਮੈਡੀਕਲ ਕੈਂਪ ਵਿਸਾਖੀ ਦੇ ਦਿਹਾੜੇ 'ਤੇ ਲਾਉਂਦੇ ਹਾਂ।
ਤਾਂ ਕਿ ਮੇਲੇ ਦੇ ਵਿੱਚ ਕੋਈ ਮਾਈਨਰ ਛੋਟੀ ਮੋਟੀ ਕਿਸੇ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਉਹ ਦਵਾਈ ਫਿਰ ਹੀ ਲੈਂਦਾ ਸਾਥੋਂ, ਅਤੇ ਇੱਕ ਸੇਵਾ ਭਾਵਨਾ ਨਾਲ ਅਸੀਂ ਕੰਮ ਕਰਦੇ ਹਾਂ ਅਤੇ ਹਰ ਸਾਲ ਇਹ ਕੈਂਪ ਸਾਡਾ ਲਾਇਆ ਜਾਂਦਾ, ਪਿਛਲੇ ਕਾਫੀ ਸਮੇਂ ਤੋਂ ਅਸੀਂ ਲਾਉਂਦੇ ਆ ਰਹੇ ਹਾਂ। ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਸਮਾਜ ਦੇ ਵਿੱਚ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਾਂ ਅਤੇ ਸਰਕਾਰ ਦਾ ਫਰਜ਼ ਬਣਦਾ ਵੀ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ, ਅਸੀਂ ਇਹ ਮੰਗ ਕਰ ਰਹੇ ਹਾਂ ਵੀ ਸਾਨੂੰ ਕੋਈ ਨਾ ਕੋਈ ਪ੍ਰਮਾਣ ਪੱਤਰ ਦੇ ਕੇ ਸਰਕਾਰ ਇਜਾਜ਼ਤ ਦੇਵੇ ਕੰਮ ਕਰਨ ਦੀ, ਖੁੱਲ੍ਹ ਦੇਵੇ ਤਾਂ ਕਿ ਅਸੀਂ ਲੋਕਾਂ ਦਾ ਦਿਨ ਰਾਤ ਸੇਵਾ ਕਰ ਸਕੀਏ ਅਤੇ ਕਰਦੇ ਹੈਗੇ ਕਰਦੇ ਰਹਾਂਗੇ। ਇਹ ਸਮੇਂ ਦੀ ਲੋੜ ਹੈ। ਆਰ ਐਮ ਪੀ ਜੀ ਜੋ ਡਾਕਟਰ ਹੈ ਇਹ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ। ਸਰਕਾਰ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਗਰੀਬਾਂ ਤੱਕ ਨਹੀਂ ਜਾਂਦੀਆਂ ਤਾਂ ਉਹ ਸੇਵਾ ਅਸੀਂ ਕਰਦੇ ਹਾਂ। ਇਹ 2 ਦਿਨ ਕੈਂਪ ਲਾਇਆ ਜਾਊਗਾ, 13 ਤੇ 14 ਅਪ੍ਰੈਲ ਨੂੰ ਡੇ ਨਾਈਟ ਚੱਲੂਗਾ। ਸਾਡੇ ਜਿਹੜੇ ਡਾਕਟਰ ਸਾਥੀ ਹੈ ਉਹ ਦਿਨ ਰਾਤ ਸੇਵਾ ਕਰਨਗੇ। ਉੱਧਰ ਕੈਂਪ ਤੋਂ ਮਰੀਜ਼ਾਂ ਨੇ ਦਵਾਈ ਲੈ ਕੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਕਿੱਥੋਂ ਆਏ ਹੋ? ਅਸੀਂ ਇੱਥੋਂ ਪਿੰਡ ਲੋਕਲ ਹੀ ਹਾਂ ਵੀਰੇ। ਅਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਜੋ ਮੈਡੀਕਲ ਪ੍ਰੋਟੈਕਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਵੱਲੋਂ ਇਹ ਯੋਗਦਾਨ ਪ੍ਰਾਲਾ ਇੱਕ ਬਹੁਤ ਵਧੀਆ, ਜਿਨ੍ਹਾਂ ਤੋਂ ਅਸੀਂ ਵੀ ਦਵਾਈ ਲਈ ਹੈ। ਆਏ ਸਾਲ ਇੱਕ ਫ੍ਰੀ ਇਹ ਲਾਉਂਦੇ ਹੈ ਕੈਂਪ, ਜਦੋਂ ਲੋੜਵੰਦਾਂ ਨੂੰ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਤਾਂ ਇੱਥੋਂ ਲਿਜਾ ਸਕਦਾ। ਅਤੇ ਬਾਕੀ ਸਾਰੇ ਸੰਗਤ ਨੂੰ ਖਾਲਸੇ ਦੀਆਂ ਚੰਗਾ ਉਪਰਾਲਾ, ਬਹੁਤ ਵਧੀਆ ਉਪਰਾਲਾ ਬਾਈ ਜੀ, ਇਹਨਾਂ ਦਾ ਚੰਗਾ ਉਪਰਾਲਾ ਜੋ ਕਿ ਆਏ ਸਾਲ ਹੀ ਲਾ ਰਹੇ ਹੈ। ਇਸ ਕੈਂਪ ਵਿੱਚ ਹਾਜ਼ਰੀ ਲਵਾ ਕੇ ਯੋਗਦਾਨ ਪਾਉਣ ਵਾਲਿਆਂ ਵਿੱਚ ਗਿਆਨ ਚੰਦ ਸ਼ਰਮਾ ਬਠਿੰਡਾ ਦੇ ਪ੍ਰਧਾਨ, ਬਲਜਿੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਹਰਦੀਪ ਸਿੰਘ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ, ਬਲਜੀਤ ਸਿੰਘ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ, ਡਾਕਟਰ ਜਗਸੀਰ ਮੌੜ, ਡਾਕਟਰ ਗੁਰਸੇਵਕ ਸਿੰਘ ਬਗੇਹਰ, ਡਾਕਟਰ ਮਣੀ ਗਿਆਨਾ, ਡਾਕਟਰ ਲੱਖਾ ਸਿੰਘ ਤਰਖਾਨਵਾਲਾ, ਡਾਕਟਰ ਜਸਵੀਰ ਸਿੰਘ, ਡਾਕਟਰ ਮੱਘਰ ਸਿੰਘ ਕੌਰਿਆਣਾ, ਹਰਦੀਪ ਕੌਰ ਮੈਡਮ ਮੀਤ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਡਾਕਟਰ ਖੁਸ਼ੀ ਬਗੇਰ, ਡਾਕਟਰ ਜਗਸੀਰ ਤਲਵੰਡੀ ਸਾਬੋ, ਮਨਦੀਪ ਸਿੰਘ, ਡਾਕਟਰ ਜਗਦੇਵ ਸਿੰਘ ਮਾਨ, ਡਾਕਟਰ ਮਨਪ੍ਰੀਤ ਸਿੰਘ ਲਹਿਰੀ, ਡਾਕਟਰ ਅਰਜਨ ਸਿੰਘ ਬੰਗੀ, ਡਾਕਟਰ ਲੱਖਾ ਸਿੰਘ ਜੱਜਲ, ਪ੍ਰਚਾਵਾ ਨੱਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰਾਂ ਨੇ ਹਿੱਸਾ ਲਿਆ।